ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਚੈਨਲ PB77 ਸਟਡੀ ਪੁਆਇੰਟ ਤੇ ਇਹ MCQ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫ ਹੈਲਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਚੈਨਲ PB77 ਸਟਡੀ ਪੁਆਇੰਟ ਤੇ ਇਹ MCQ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਮਹੱਤਵਪੂਰਨ ਹੋਣਗੇ ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਅਰ ਜਿਵੇਂ ਕਿ ਤੁਹਾਨੂੰ ਇਹ ਵੀ ਪਤਾ ਹੈ ਕਿ ਪੰਜਾਬ ਸਰਕਾਰ ਨੇ ਹਰੇਕ ਜੋਬ ਇਗਜ਼ਾਮ ਲਈ ਪੰਜਾਬੀ ਐਲੀਜੀਬਿਲਟੀ ਟੈਸਟ ਜ਼ਰੂਰੀ ਕਰ ਦਿੱਤਾ ਹੈ ਜਿਸ ਵਿੱਚੋਂ ਜੇਕਰ ਤੁਸੀਂ 50 ਪ੍ਰਤੀਸ਼ਤ ਨੰਬਰ ਲੈਂਦੇ ਹੋ ਤਾਂ ਤੁਸੀਂ ਪੇਪਰ B ਲਈ ਕੁਆਲੀਫਾਈਡ ਮੰਨੇ ਜਾਓਗੇ ਕਿਰਪਾ ਕਰਕੇ ਇਹ ਵੀਡੀਓ ਜ਼ਰੂਰ ਦੇਖੋ ਇਸ ਦਾ ਰਿਲੇਟਡ ਹੀ ਪੇਪਰ ਵਿੱਚ ਕੁਆਸਚਨ ਪੁੱਛੇ ਜਾਣਗੇ ਸੋ ਵੀਡੀਓ ਪੂਰੀ ਜ਼ਰੂਰ ਦੇਖੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ MCQ ਹਨ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਸੋ ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਉੱਜਲ ਦਾ ਵਿਰੋਧੀ ਸ਼ਬਦ ਚੁਣੋ ਉੱਜਲ ਦਾ ਵਿਰੋਧੀ ਸ਼ਬਦ ਹੈ ਜੀ ਸਦਾ ਰਾਈਟ ਆਨਸਰ ਬਣੇਗਾ ਜੀ ਮੇਲਾ ਠੀਕ ਹੈ ਜੀ ਅਗੇ ਕੁਐਸਚਨ ਨੰਬਰ 2 ਦੀ ਗੱਲ ਕਰੀਏ ਜੀ ਕਿਹੜਾ ਸ਼ਬਦ ਮੁਸ਼ਕਲ ਦਾ ਸਮਾਨਾਰਥੀ ਨਹੀਂ ਹੈ ਮੁਸ਼ਕਲ ਸ਼ਬਦ ਕਿਹੜਾ ਸ਼ਬਦ ਮੁਸ਼ਕਲ ਦਾ ਸਮਾਨਾਰਥੀ ਨਹੀਂ ਹੈ ਇਸ ਦਾ ਰਾਈਟ ਆਨਸਰ ਬਣੇਗਾ ਜੀ ਸੋਖ ਠੀਕ ਹੈ ਜੀ ਕੁਸਚਨ ਨੰਬਰ 3 ਪੁਰਖਵਾਚਕ ਪ੍ਰਣਾਵ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਜੀ ਤਿੰਨ ਭਾਗਾਂ ਵਿੱਚ ਕਜੀ ਕੁਸਚਨ ਨੰਬਰ 4 ਪੰਜਾਬੀ ਵਿੱਚ ਸੰਖਿਆਕ ਵਿਸ਼ੇਸ਼ਣ ਦੇ ਕਿੰਨੇ ਰੂਪ ਮੰਨੇ ਗਏ ਹਨ ਇਸ ਦਾ ਰਾਈਟ ਆਨਸਰ ਬਣੇਗਾ ਜੀ 6 ਠੀਕ ਹੈ ਜੀ ਕੁਸਚਨ ਨੰਬਰ 6 ਮਾਸੀ ਸ਼ਬਦ ਦਾ ਪੁਲਿੰਗ ਚੁਣੋ ਮਾਸੀ ਸ਼ਬਦ ਦਾ ਪੁਲਿੰਗ ਚੁਣੋ ਹਾਂ ਜੀ ਉਸ ਦਾ ਰਾਈਟ ਆਨਸਰ ਬਣੇਗਾ ਜੀ ਮਾਸੜ ਆਪ ਨੂੰ ਪਤਾ ਹੀ ਹੈ ਜੀ ਕੁਸ ਆਨਸਰ ਬੱਚਾ ਦੁੱਧ ਪੀਂਦਾ ਹੈ ਵਾਕ ਦੀ ਕਿਹੜੀ ਕਿਸਮ ਹੈ ਕਿਹੜੀ ਕਿਸਮ ਹੈ ਜੀ ਸਧਾਰਨ ਠੀਕ ਹੈ ਜੀ ਕਸਮ ਨੰਬਰ 7 ਪੱਤਿਆਂ ਦਾ ਝੜਨਾ ਸ਼ਬਦਾਂ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ ਪੱਤਿਆਂ ਦਾ ਝੜਨਾ ਸ਼ਬਦਾਂ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ ਪਤਝੜ ਸਦਾ ਰਾਈਟ ਆਨਸਰ ਬਣ ਹੋਏਗਾ ਜੀ ਪਤਝੜ ਠੀਕ ਹੈ ਜੀ ਕਵੈਸਚਨ ਨੰਬਰ 9 ਖਰਵਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਦਾ ਰਾਈਟ ਆਨਸਰ ਬਣੇਗਾ ਜੀ ਮੁੱਲਾਈਮ ਠੀਕ ਹੈ ਦੋਸਤੋ ਕਵੈਸਚਨ ਨੰਬਰ 10 ਦੀ ਗੱਲ ਕਰੀਏ ਜੀ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ ਇਹਨਾਂ ਚੋਂ ਜੋੜਾ ਚੁਣਨਾ ਵਿੱਚ ਕਿਹੜਾ ਜੋੜਾ ਸਹੀ ਤਰੀਕੇ ਨਾਲ ਹੈ ਵਸਨਾ ਉਜੜਨਾ ਇਹ ਵੀ ਨਹੀਂ ਹੋ ਸਕਦਾ ਜੀ ਸੌਰੀ ਕਵੈਸਚਨ ਨੰਬਰ 10 ਸਹੀ ਵਿਰੋਧੀ ਸ਼ਬਦ ਜੋੜਾ ਚੁਣੋ ਵਸਨਾ ਉਜੜਨਾ ਦਾ ਰਾਈਟ ਆਨਸਰ ਬਣੇਗਾ ਜੀ ਵਸਨਾ ਅਤੇ ਉਜੜਨਾ ਠੀਕ ਹੈ ਜੀ ਅਗੀ ਗੱਲ ਕਰੀਏ ਜੀ ਕੁਐਸਚਨ ਨੰਬਰ 11 ਦੀ ਇਕੱਠ ਵਾਚਕ ਨਾਵ ਚੁਣੋ ਇਕੱਠ ਵਾਚਕ ਨਾਵ ਕਿਹੜਾ ਹੈ ਜੀ ਦਾ ਰਾਈਟ ਆਨਸਰ ਬਣੇਗਾ ਜੀ ਈਡੀ ਜਥਾ ਜਮਾਤ ਠੀਕ ਹੈ ਜੀ ਕੁਐਸਚਨ ਨੰਬਰ 12 ਦੀ ਗੱਲ ਕਰੀਏ ਜੀ ਮੈਂ ਤੂੰ ਉਹ ਸ਼ਬਦ ਕੀ ਹਨ ਮੈਂ ਤੇ ਤੂੰ ਉਹ ਸ਼ਬਦ ਕੀ ਹਨ ਇਸ ਦਾ ਰਾਈਟ ਆਨਸਰ ਬਣੇਗਾ ਜੀ ਪੜਨਾਵ ਪੜਨਾਵ ਠੀਕ ਹੈ ਦੋਸਤੋ ਕੁਐਸਚਨ ਨੰਬਰ 13 ਸਿਆਣਾ ਵਿਦਿਆਰਥੀ ਹੇਠ ਲਿਖਿਆਂ ਚੋਂ ਕੀ ਹੈ ਸਿਆਣਾ ਵਿਦਿਆਰਥੀ ਹੇਠ ਲਿਖਿਆਂ ਵਿੱਚੋਂ ਕੀ ਹੈ ਦਾ ਰਾਈਟ ਆਨਸਰ ਹੈ ਜੀ ਗੁਣਵਾਚਕ ਵਿਸ਼ੇਸ਼ਣ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕੁਸਚਨ ਨੰਬਰ 14 ਦੀ ਗੱਲ ਕਰੀਏ ਜੀ ਪਾਣੀ ਪਾਣੀ ਹੋਣਾ ਖੇਡ ਲਿਖਾਂ ਚੋਂ ਕੀ ਹੈ ਹਾਂਜੀ ਦਾ ਰਾਈਟ ਆਨਸਰ ਹੈ ਜੀ ਸ਼ਰਮਿੰਦਿਆ ਹੋਣਾ ਇਹ ਪੇਪਰ ਏ ਦੇ ਵਿੱਚ ਜੋ ਪਟਵਾਰੀ ਦਾ ਪੇਪਰ ਹੋਣਾ ਹੈ ਇਹ ਪਹਿਲਾ ਇਹ ਪੇਪਰ ਹੋਣਾ ਜੀ ਉਹਦੇ ਵਿੱਚੋਂ ਇਹ ਕੁਐਸਚਨ ਲਗਭਗ ਪੁੱਛੇ ਜਾਣਗੇ ਜੀ। ਸੁੱਧ ਮੁਹਾਵਰਾਤوں ਨੂੰ ਇਹਨਾਂ ਚ ਮੁਹਾਵਰਾ ਸਹੀ ਮੁਹਾਵਰਾ ਚੁਣਨਾ ਜੀ। ਠੀਕ ਹੈ ਜੀ। ਇਸ ਦਾ ਰਾਈਟ ਆਨਸਰ ਬਣੇਗਾ ਜੀ ਊਠ ਦੇ ਮੂੰਹ ਜੀਰਾ ਦੇਣਾ। ਠੀਕ ਹੈ ਦੋਸਤੋ। ਕੁਐਸਚਨ ਨੰਬਰ 16 ਖੇੜੇ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ। ਸਮਾਸੀ ਸ਼ਬਦ ਚੁਣਨਾ। ਇਹ ਕਿਹੜਾ ਬਣੇਗਾ ਜੀ ਡਾਕ ਖਾਨਾ ਡਾਕ ਪੋਸਟਮੈਨ ਬਣ ਸਕਦਾ ਡਾਕਟਰ ਵੀ ਬਣ ਸਕਦਾ ਠੀਕ ਹੈ ਜੀ ਡਾਕੀ ਤਾਰੀ ਵੀ ਬਣ ਸਕਦਾ ਤਾਂ ਡਾਕ ਖਾਨਾ ਆਪਾਂ ਨੂੰ ਪਤਾ ਹੈ ਕਿ ਬਣਦਾ ਹੈ ਜੀ ਠੀਕ ਹੈ ਦੋਸਤੋ ਕੁਐਸਚਨ ਨੰਬਰ 16 ਦੀ ਗੱਲ ਕਰੀਏ ਜੀ ਗੇਂਦ ਸ਼ਬਦ ਨੂੰ ਸ਼ੁੱਧ ਕਰਨ ਲਈ ਕਿਹੜੇ ਲਗਾਖਰ ਦੀ ਵਰਤੋਂ ਕੀਤੀ ਜਾਵੇਗੀ ਹਾਂਜੀ ਕਿਹੜੇ ਕੀਤੀ ਜਾਵੇਗੀ ਜੀ राइट आंसर right बनेगा जी बिंदी ठीक है जी बिंदी ठीक है जी क्वेश्चन नंबर अठारह केड़ा शब्द लाभ का समान अर्थी है तो केड़ा है जी इसका राइट आंसर बनेगा जी लाभ का मतलब फायदा ठीक है जी क्वेश्चन नंबर उन्नीस की गल करिए जी प्रश्नवाचक पड़नाव चुनो प्रश्नवाचक पड़नाव की है जी राइट आंसर बनेगा जी कि यह है प्रश्नवाचक पड़नाव ठीक है दोस्तों क्वेश्चन नंबर उन्नीस की गल करिए जी आई चलाई करना का अर्थ की है ਆਇਤ ਲਈ ਦਾ ਆਇਤ ਲਈ ਕਰਨਾ ਦਾ ਅਰਥ ਹੈ ਜੋ ਕਮਾਉਣਾ ਉਹੀ ਖਾ ਲੈਣਾ ਜੋ ਕਮਾਉਣਾ ਉਹੀ ਖਾ ਲੈਣਾ ਠੀਕ ਹੈ ਜੀ ਇਹ ਕਮਾਉਣਾ ਹੋਣਾ ਸੀ ਮਿਸਟੇਕ ਆ ਥੋੜੀ ਜੀ ਠੀਕ ਹੈ ਦੋਸਤੋ ਕੋਸ ਨੰਬਰ 21 ਅੰਦਰ ਹੋਵੇ ਸੱਚ ਇਸ ਦਾ ਖਾਨ ਪੂਰਾ ਕਰੋ ਅੰਦਰ ਹੋਵੇ ਸੱਚ ਦਾ ਰਾਈਟ ਆਨਸਰ ਬਣੇਗਾ ਜੀ ਤਾ ਕੋਠੇ ਚੜਕੇ ਨੱਚ ਠੀਕ ਹੈ ਜੀ ਕੁਸਚਨ ਨੰਬਰ 22 ਫੜਾ ਮਾਰਨੀਆ ਮੁਹਾਵਰੇ ਦਾ ਕੀ ਅਰਥ ਹੈ ਹਾਂਜੀ ਇਹ ਤਾਂ 100% ਪੁੱਛਿਆ ਜਾਵੇਗਾ ਜੀ ਇਹਦਾ ਰਾਈਟ ਆਨਸਰ ਬਣੇਗਾ ਜੀ ਗੱਪਾ ਮਾਰਨੀਆ ਕੁਸਚਨ ਨੰਬਰ 23 ਉਹ ਕਿਹੜੀ ਗਲੀ ਅਖਾਣ ਪੂਰਾ ਕਰਨਾ ਜੀ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ द राइट आंसर बनेगा जी क्वेश्चन नंबर 24 सही विरोधी शब्द जुट चुनो जुट चुनना इनचा चु। केड़ा है द राइट आंसर है जी हां जी अमीर गरीब ठीक है जी लास्ट क्वेश्चन है जी इस वीडियो का केड़ा शब्द जुल्म दा समान अर्थी है द राइट आंसर है जी अत्याचार ਇੱਕ ਦੋਸਤੋ ਅਤੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਹਰ ਰੋਜ਼ ਜਰਨਲ ਆਇਲ ਦੇ ਰਿਲੇਟਡ ਐਮਸੀਕਿਊ ਟਾਪ ਐਮਸੀਕਿਊ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਬਹੁਤ ਮਿਹਨਤ ਨਾਲ ਐਮਸੀਕਿਊ ਬਣਾਈਦਾ ਜੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਦੋਸਤੋ ਧੰਨਵਾਦ ਜੀ ਥੈਂਕ ਯੂ ਵੈਰੀ ਮਚ